ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਕਰਨਜੋਤ, MBBS MD ਸਾਈਕਾਇਟਰੀ। ਅੱਜ ਆਪਾਂ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਇੱਕ ਇੰਪੋਰਟੈਂਟ ਮਾਨਸਿਕ ਰੋਗ ਬਾਰੇ ਜਿਸ ਦਾ ਨਾਂ ਹੈ ਸਕਿਜ਼ੋਫਰੇਨੀਆ। ਸਕਿਜ਼ੋਫਰੇਨੀਆ ਲਗਭਗ 1% ਪਾਪੂਲੇਸ਼ਨ ਦੇ ਵਿੱਚ ਪਾਇਆ ਜਾਂਦਾ ਹੈ। ਜੇ ਆਪਾਂ ਦੇਖੀਏ ਇਸ ਦੇ ਲੱਛਣ ਦੇ ਬਾਰੇ ਤਾਂ ਇਸ ਦੇ ਵਿੱਚ ਦੋ ਇੰਪੋਰਟੈਂਟ ਚੀਜ਼ਾਂ ਪਾਈਆਂ ਜਾਂਦੀਆਂ ਹਨ, ਡਿਲਿਊਜ਼ਨਸ ਐਂਡ ਹੈਲੋਸੀਨੇਸ਼ਨਸ। ਹੁਣ ਡਿਲਿਊਜ਼ਨਸ ਕੀ ਹੁੰਦੀ ਹੈ? ਡਿਲਿਊਜ਼ਨਸ ਉਹ ਵਿਚਾਰ ਹੁੰਦੇ ਆ ਜਿਹੜੇ ਮਰੀਜ਼ ਦੇ ਦਿਮਾਗ ਦੇ ਵਿੱਚ ਖੁੱਭੇ ਹੋਏ ਹੁੰਦੇ ਆ, ਜੋ ਉਹਨੂੰ ਲੱਗਦਾ ਕਿ ਉਹ ਠੀਕ ਨੇ, ਪਰ ਉਹਨੂੰ ਜਿੰਨਾ ਮਰਜ਼ੀ ਵਿਸ਼ਵਾਸ ਦਿਲਾ ਲਓ, ਜਿੰਨੇ ਮਰਜ਼ੀ ਆਰਗੂਮੈਂਟ ਕਰ ਲਓ, ਉਹਨੂੰ ਲੱਗਣਾ ਕਿ ਜੋ ਉਹ ਸੋਚਦਾ ਉਹੀ ਗੱਲ ਸਹੀ ਹੈ। ਫੋਰ ਐਗਜ਼ਾਮਪਲ, ਕਈ ਵਾਰ ਮਰੀਜ਼ ਕਹਿੰਦਾ ਕਿ ਮੇਰੇ ਘਰ ਦੇ ਮੇਰੇ ਪਿੱਛੇ ਪਏ ਹੋਏ ਆ, ਮੇਰਾ ਨੁਕਸਾਨ ਕਰਨਾ ਚਾਹੁੰਦੇ ਆ, ਗੁਆਂਢੀ ਮੇਰੇ ਪਿੱਛੇ ਪਏ ਆ, ਜਾਂ ਫਿਰ ਕੋਈ ਪੁਲਿਸ ਮੇਰੇ ਪਿੱਛੇ ਪਈ ਆ, ਜਾਂ ਸਰਕਾਰਾਂ ਮੇਰੇ ਪਿੱਛੇ ਪਈਆਂ। ਇਹਨਾਂ ਵਿੱਚੋਂ ਕੋਈ ਵੀ ਗੱਲ ਸੱਚ ਨਹੀਂ ਹੁੰਦੀ, ਬੇਬੁਨਿਆਦ ਹੁੰਦੀ ਹੈ, ਪਰ ਮਰੀਜ਼ ਨੂੰ ਲੱਗਦਾ ਕਿ ਉਹੀ ਗੱਲ ਸੱਚ ਹੈ। ਇਸ ਨੂੰ ਕਹਿੰਦੇ ਆ ਡਿਲਿਊਜ਼ਨ ਆਫ ਪਰਸੀਕਿਊਸ਼ਨ। ਉਸੇ ਤਰ੍ਹਾਂ ਕਈ ਵਾਰ ਮਰੀਜ਼ ਨੂੰ ਲੱਗਦਾ ਕਿ ਇਨਵਾਇਰਮੈਂਟ ਦੇ ਵਿੱਚ ਜੋ ਵੀ ਕੋਈ ਨਿਊਟਰਲ ਚੀਜ਼ ਹੈ ਉਹ ਉਸਦੇ ਵੱਲ ਇਸ਼ਾਰਾ ਕਰਦੀ ਹੈ। ਜਿਸ ਤਰ੍ਹਾਂ ਕਿ ਦੋ ਬੰਦੇ ਹੱਸ ਰਹੇ ਹੈ ਤੇ ਮਰੀਜ਼ ਨੂੰ ਲੱਗਣਾ ਕਿ ਉਹ ਮੈਨੂੰ ਦੇਖ ਕੇ ਹੱਸ ਰਿਹਾ, ਦੋ ਬੰਦੇ ਗੱਲਾਂ ਕਰਦੇ ਆ ਤਾਂ ਲੱਗਣਾ ਮੇਰੇ ਬਾਰੇ ਗੱਲਾਂ ਕਰਦੇ ਆ। ਇਸੇ ਤਰ੍ਹਾਂ ਕਈ ਵਾਰ ਮਰੀਜ਼ ਨੂੰ ਸ਼ੱਕ ਹੁੰਦਾ ਹੈ ਕਿ ਜਿਵੇਂ ਉਸਦੀ ਪਾਰਟਨਰ ਦਾ, ਉਸਦੀ ਵਾਈਫ ਦਾ ਜਾਂ ਹਸਬੈਂਡ ਦਾ ਕਿਸੇ ਨਾਲ ਅਫੇਅਰ ਹੈ। ਤੀਸਰਾ ਇੰਪੋਰਟੈਂਟ ਸਿੰਪਟਮ ਹੈ ਨੈਗੇਟਿਵ ਸਿੰਪਟਮਸ। ਨੈਗੇਟਿਵ ਸਿੰਪਟਮਸ ਦੇ ਵਿੱਚ ਪੇਸ਼ੈਂਟ ਜੋ ਪਹਿਲਾਂ ਕੰਮ ਕਾਜ ਕਰਦਾ ਸੀ, ਗੱਲਬਾਤ ਕਰਦਾ ਸੀ, ਆਪਣੇ ਸ਼ੌਂਕ ਭਗਾਉਂਦਾ ਸੀ, ਹੁਣ ਉਹ ਨਹੀਂ ਕਰਦਾ। ਉਹ ਇੱਕ ਕਮਰੇ 'ਚ ਬੰਦ ਪਿਆ ਰਹਿੰਦਾ ਹੈ, ਆਪਣਾ ਹਾਈਜੀਨ ਮੇਨਟੇਨ ਨਹੀਂ ਕਰਦਾ, ਕਮਰੇ 'ਚੋਂ ਬਾਹਰ ਨਹੀਂ ਨਿਕਲਦਾ। ਕਈ ਵਾਰ ਲੋਕ ਇਸ ਨੂੰ ਕਹਿ ਦਿੰਦੇ ਹਨ ਕਿ ਇਹ ਤਾਂ ਉਪਰੀ ਹਵਾ ਹੈ, ਤੇ ਉਹ ਕਿਤੇ ਬਾਬਿਆਂ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਆ, ਪੰਡਤਾਂ ਦੇ ਚੱਕਰਾਂ ਵਿੱਚ ਪੈ ਜਾਂਦੇ ਹਨ। ਇਹ ਸਾਰੇ ਚੱਕਰਾਂ ਦੌਰਾਨ ਮਰੀਜ਼ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਤੇ ਉਸਦੇ ਸਿੰਪਟਮਸ ਹੋਰ ਵੀ ਵਰਸ ਹੋ ਜਾਂਦੇ ਹਨ। ਸੋ ਆਈ ਰਿਕੁਐਸਟ, ਜੇ ਤੁਹਾਡੇ ਆਸ ਪਾਸ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਹੈ, ਕੋਈ ਤੁਹਾਡਾ ਰਿਲੇਟਿਵਸ, ਫੈਮਿਲੀ, ਕੋਈ ਵੀ ਆਸ ਪਾਸ ਕਿਸੇ ਨੂੰ ਇਸ ਤਰ੍ਹਾਂ ਦੇ ਸਿੰਪਟਮਸ ਆਉਂਦੇ ਹਨ, ਤਾਂ ਪਲੀਜ਼ ਆਪਣੇ ਨੇੜਲੇ ਸਾਈਕਾਟ੍ਰਿਸਟ ਕੋਲੇ ਵਿਜ਼ਿਟ ਕਰੋ। ਸਕਿਜ਼ੋਫਰੀਨੀਆ ਇਜ਼ ਅ ਟ੍ਰੀਟੇਬਲ ਡਿਸਆਰਡਰ। ਇਹਨੂੰ ਆਪਾਂ ਮੈਡੀਸਿਨਸ ਦੇ ਨਾਲ, ਇੰਜੈਕਸ਼ਨਸ ਦੇ ਰਾਹੀਂ ਟ੍ਰੀਟ ਕਰ ਸਕਦੇ ਹਾਂ। ਸੋ ਉਮੀਦ ਕਰਦੇ ਹਾਂ ਕਿ ਮੇਰੀ ਇਸ ਵੀਡੀਓ ਰਾਹੀਂ ਕਿਸੇ ਲੋੜਵੰਦ ਦਾ ਫਾਇਦਾ ਹੋਏਗਾ। ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ।